ਜੈਕ ਅਲੀ ਕਲਕੱਤੇ ਵਾਲੀ। ਅੱਛਾ ਭਾਜੀ ਜੀ ਸੁਣਾ, ਪਤਾ ਚੱਲ ਪਤਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ। ਅੱਜ ਕੱਲ੍ਹ ਦੁਨੀਆ ਭੁੱਲਦੀ ਜਾਂਦੀ ਹੈ ਅੱਛੇ ਮਿਊਜ਼ਿਕ ਨੂੰ। ਆਹ ਲੈ ਚੱਕ ਮੈਂ ਆ ਗਿਆ, ਇੱਦਾਂ ਦੇ ਗਾਣੇ ਚੱਲੀ ਜਾ ਜਿਹਦਾ ਕੋਈ ਮਤਲਬ ਹੀ ਨਹੀਂ, ਮੀਨਿੰਗ ਹੀ ਨਹੀਂ। ਉਹ ਹੁਣ ਤੂੰ ਚੁੱਪ ਤਾਂ ਕਰ ਲੈ, ਤੇਰੀ ਤਾਰੀਫ ਕਰੀ ਜਾਂਦੇ, ਗੱਲ ਕੀ ਹੈ? ਸੁਣ ਲੈ ਮੇਰੀ ਗੱਲ ਭਰਾ ਮੇਰੇ, ਸੁਣ ਸੁਣ ਸਾਰਿਆਂ 'ਚ ਆ। ਬਸ ਕਹਿਣ ਦਾ ਤਰਜ਼ੇ ਬਿਆਨ ਜਿਹੜਾ ਅੰਦਾਜ਼ੇ ਬਿਆਨ ਉਹ ਡਿਫਰੈਂਟ ਹੈ, ਗੱਲ ਸਾਰਿਆਂ ਦੀ ਹੈ। ਸੁਣੋ ਨਵੇਂ ਗਾਣੇ ਸੁਣੋ, ਮੈਂ ਉਹਨਾਂ ਤੋਂ ਗੁਰੇਜ਼ ਨਹੀਂ ਕਰਦਾ, ਮੈਂ ਵੀ ਸੁਣਦਾ, ਪਰ ਕੁਛ ਜਿਹੜੇ ਚੰਗੇ ਨੇ। ਨਹੀਂ ਤਾਂ ਤੁਸੀਂ ਆਏ ਦਿਨ ਨਿਊਜ਼ 'ਚ ਹਰ ਚੈਨਲਾਂ 'ਤੇ ਦੇਖਦੇ ਹੋ ਕਿ ਜੀ ਉੱਥੇ ਲੜਾਈ ਹੋ ਪਈ, ਉੱਥੇ ਗੈਂਗ ਵਾਰ 'ਚ ਇੰਨੇ ਬੰਦੇ ਮਰ ਗਏ, ਉਹਨਾਂ ਨੇ ਇਹਦੇ ਬੰਦੇ ਮਾਰਤੇ, ਉਹਨਾਂ ਨੇ ਬਸ ਆਹੀ ਚੱਲੀ ਜਾ ਰਿਹਾ, ਗੋਲੀਆਂ ਬੰਦੂਕਾਂ ਡਿਸ਼ਕੂ ਫੁਸ਼ਕੂ ਹੋਈ ਜਾਂਦਾ। ਪਿਆਰ ਦਾ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਰਹਿ ਗਿਆ। ਪਿਆਰ ਵਾਲੇ ਗਾਣੇ ਵੀ ਸੁਣਿਆ ਕਰੋ। ਅੱਜ ਕੱਲ੍ਹ ਮੇਰਾ ਇੱਕ ਨਵਾਂ ਗਾਣਾ ਰਿਲੀਜ਼ ਹੋਇਆ, ਰੱਬ ਕਰੇ ਉਹਨੂੰ ਸੁਣੋ। ਉਹਦੇ 'ਚ ਸਿਰਫ ਇਹੀ ਕਿਹਾ ਕਿ ਪਿਆਰ ਕਰੋ, ਬਸ ਹੋਰ ਕੁਛ ਨਹੀਂ, ਦੁਨੀਆਂ 'ਚ ਹੈ ਹੀ ਕੁਛ ਨਹੀਂ। ਕਿਉਂ ਜੀ? ਓਏ ਕਾਕਾ, ਤੁਸੀਂ ਤਿੰਨੇ ਹੀ ਬਹੁਤ ਰੌਲਾ ਪਾਈ ਜਾਂਦੇ ਹੈ, ਰੰਗ ਤੁਹਾਡੇ ਸੁੱਖ ਨਾਲ ਮੇਰੇ ਵਰਗੇ ਨਾ ਬੇਟੇ, ਇੱਦਾਂ ਨਹੀਂ। ਅੱਛਾ ਆਰਾਮ ਨਾਲ ਚੁੱਪ ਕਰਕੇ ਸੁਣੀ ਜਾ। ਦੂਜਾ ਰੱਖ ਜੈ ਕਾਲੀ ਕਲਕੱਤੇ ਵਾਲੀ ਜੈ ਗਾਦੀ
गले गले लगते वाली।
ਇਹ ਸ਼ੰਖ ਵਜਾਉਣਾ ਬਹੁਤ ਮੁਸ਼ਕਲ ਗੇਮ ਹੈ ਜੀ, ਬਹੁਤ ਜਾਨ ਲੱਗਦੀ ਹੈ, ਜ਼ੋਰ ਲੱਗਦਾ, ਔਰ ਲੱਕੀ ਨੂੰ ਮਾਲਕ ਨੇ ਤੌਫੀਕ ਬਖਸ਼ੀ ਹੈ। ਲੱਕੀ ਵਾਸਤੇ ਕਰੀ ਜ਼ੋਰਦਾਰ ਤਾੜੀਆਂ, ਇਹ ਸਾਡਾ ਭਰਾ। ਰਹਿਮਤ ਲਈ ਬਹੁਤ ਸਾਰੀਆਂ ਤਾੜੀਆਂ, ਇਹ ਵੀ ਸਾਡਾ ਭਰਾ। ਇਹ ਸਾਡਾ ਭਾਣਜਾ ਮੁੰਡਾ ਸਨੀ ਸੋਹਤਾ ਜੀ, ਇੱਧਰ ਸਾਡੇ ਲਵਲੀ ਭਾਜੀ, ਇੱਧਰ ਸਾਡੇ ਸਚਿਨ ਸਿੱਧੂ ਸਾਹਿਬ, ਇੱਧਰ ਸਾਡੇ ਜੈਵੀ ਸਿੰਘ ਜੀ, ਜਨਾਬ ਸੰਜੀਵ ਜੀ, ਹਾਂਜੀ ਇੱਧਰ ਸਾਡੇ ਲੱਕੀ ਭਾਜੀ ਨੂੰ ਇੰਟਰੋਡਿਊਸ ਕਰਾ ਚੁੱਕੇ, ਇੱਧਰ ਸਾਡੇ ਬਬਲੂ ਜੀ, ਇੱਧਰ ਸੁਖਾ ਭਾਜੀ, ਇੱਧਰ ਰਮਨ ਜੀ, ਇੱਧਰ ਅਨਿਲ ਮਹਿਤਾਬ ਅਨਿਲ, ਇੱਧਰ ਸਾਡੇ ਸਾਬੀ ਸਿੱਧੂ ਸਾਹਿਬ, ਇੱਧਰ ਸਾਡੇ ਪਰਮ ਪੂਜਿਆ ਜਨਾਬ ਜਿਹਨਾਂ ਦਾ ਨਾਂ ਲੈਂਦਾ, ਮੈਨੂੰ ਅਕਸਰ ਬੜਾ ਮਾਣ ਮਹਿਸੂਸ ਹੁੰਦਾ ਹੈ। ਢੋਲ ਬਹੁਤ ਸਾਰੇ ਲੋਕ ਵਜਾਉਂਦੇ ਨੇ, ਬਹੁਤ ਜ਼ਿਆਦਾ ਵਜਾਉਂਦੇ ਨੇ, ਪਰ ਇਹੋ ਜਿਹਾ ਨਹੀਂ ਵਜਾਉਂਦੇ ਜੋ ਇੱਦਾਂ ਜੋ ਇਹ ਵਜਾਉਂਦੇ, ਚਾਹੇ ਘੱਟ ਵਜਾਉਂਦਾ ਪਰ ਵਜਾਉਂਦਾ ਬਹੁਤ ਦਮਦਾਰ ਢੋਲ ਹੈ, ਇਹਦੇ ਹੱਥ 'ਚ ਬੜਾ ਦਮ ਹੈ। ਹਾਂਜੀ